अस्सलाम वालेकुम जी, सत श्री अकाल, की हाल चाल है वीरो? फिट फाटो जी, वेलकम हो गया थोड़ा अपना चैनल मूसे वाला रिएक्ट के उत्ते। तो असं चुकया होया चज दे विचार वाले दा इंटरव्यू जिहड़ा उन्होंने सिद्धू मूसे वाले दे नाल कीता, अज उहदा फाइनल ते आखिरी पार्ट है। देखदे आ भाई एंड ते निचोड़ की की निकलदा, निकलता की है गल बात इन्हां च लड़ाई वाली जब होई भी सी पांदे चल ने, या के मतलब जिवें आ बैठे सन उस हिसाब ने इस तरह ही पकड़ उठदे जाते ने अपनी अपनी मैच। लेट गेट चैट ते शैट। जिन्नी पैसा ਇਹਨੂੰ ਉਨਾ ਕੁ ਰੱਖਣਾ ਚਾਹੀਦਾ ਜਿੰਨਾ ਕੁ ਬਿਨਾ ਸਰਦਾ ਨਹੀਂ। ਇਹ ਧਮਕੀਆਂ ਸਿਰਫ ਪੈਸੇ ਕਰਕੇ ਨਹੀਂ 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 ਜੀ, ਹੋਰ ਕੋਈ ਗੱਲ ਨਹੀਂ। ਧਮਕੀਆਂ ਦੇਖੋ ਜੀ ਮੈਡਮ, ਜਦੋਂ ਜ਼ਮਾਨੇ 'ਚ ਵਿਚਰਦੇ ਹੋ ਜ਼ਰੂਰੀ ਨਹੀਂ ਤੁਹਾਨੂੰ ਸਾਰੇ ਪਿਆਰ ਕਰਨਾ। ਧਮਕੀਆਂ ਕਿਹਨੂੰ ਨਹੀਂ ਆਉਣੀਆਂ ਅੱਜ ਕੱਲ੍ਹ? ਮੈਨੂੰ ਤਾਂ ਜਿੱਦਣ ਦਾ ਮੈਂ ਆਇਆ ਮੈਨੂੰ ਤਾਂ ਉਦੇ ਨਹੀਂ ਆਈ ਜਾਂਦੀਆਂ ਨੇ, ਠੀਕ ਆਈ ਜਾਂਦੀਆਂ ਨੇ। ਮੈਂ ਇਹ ਨਹੀਂ ਕਹਿੰਦਾ ਵੀ ਮੁਨਕਰ ਭਾਈ ਮੈਂ ਕਿਸੇ ਨੂੰ ਓਵਰ ਕੌਨਫੀਡੈਂਟ ਨਹੀਂ, ਮੈਨੂੰ ਧਮਕੀ ਆਉਣੀ ਹੈ, ਠੀਕ ਹੈ ਜੀ। ਜਦੋਂ ਜ਼ਮਾਨੇ 'ਚ ਵਿਚਰਦੇ ਹੋ ਜ਼ਰੂਰੀ ਨਹੀਂ ਸਾਰੇ ਲੋਕ ਤੁਹਾਨੂੰ ਪਸੰਦ ਕਰਨ। ਸੰਜੇ ਦੱਤ ਬਣਨ ਦਾ ਚਾਹ ਕੀ ਚੜ ਗਿਆ ਸੀ? ਸੰਜੇ ਦੱਤ ਨਹੀਂ ਗੱਲ ਜੀ, ਰੌਲਾ ਪਤਾ ਕੀ ਗੱਲ ਹੈ, ਮੈਨੂੰ ਖਿੱਚ ਕਿਸ ਗੱਲ ਦੀ ਚੜੀ? ਤੁਸੀਂ ਖਿੱਚਦੇ ਬਹੁਤ ਆ, ਮੈਨੂੰ ਖਿੱਚ ਤੱਕਦੇ ਬਹੁਤ ਆ, ਤਪਦਾ ਤਾਂ ਜਦੋਂ ਤੁਸੀਂ ਢਿੱਡੋਂ ਸਾਫ ਸਾਫ ਹੁੰਦੇ ਹੋ ਨਾ, ਤੁਸੀਂ ਤੁਹਾਡੇ ਮਨ 'ਚ ਕੋਈ ਗੱਲ ਹੀ ਨਹੀਂ ਹੁੰਦੀ ਤੇ ਮੂਹਰੋਂ ਤੁਹਾਨੂੰ ਇਹੋ ਜਿਹਾ ਕੁਛ ਸੁਣਨ ਨੂੰ ਮਿਲਦਾ ਹੈ। ਲੋਕ ਤਾਂ ਕਹਿੰਦੇ ਰਹਿੰਦੇ, ਫਿਰ ਕੀ ਕਰੀਏ ਜੀ? ਕੁਛ ਪਤਾ ਕੀ ਗੱਲ ਹੈ, ਸੱਚ ਨਹੀਂ ਉਹੀ ਗੱਲ ਹੈ ਨਾ ਜੀ। ਤੁਸੀਂ ਇਹ ਸੋਚ ਕੇ ਦੇਖੋ ਮੈਡਮ ਵੀ ਅੱਜ ਜੇ ਤੁਹਾਡਾ ਬੇਟਾ 27 ਸਾਲਾਂ ਦਾ ਹੋਵੇ ਉਹਨੂੰ ਕਿੰਨੀ ਕਕਲ ਹੋਵੇ। ਮੈਂ ਤਾਂ ਜਦੋਂ ਮੈਂ ਗਾਣੇ ਸਟਾਰਟ ਕੀਤੇ ਸੀ ਮੈਂ ਤਾਂ 23 ਦਾ ਸੀ, ਤੁਹਾਨੂੰ ਪਤਾ ਸੀ ਹੈ ਜੀ, ਘੱਟੀ ਸੀ ਹੁੰਦੀ ਉਮਰ 'ਚ, ਜਿੰਨੀ ਕੁ ਹੁੰਦੀ ਹੈ ਉਮਰ ਦੇ ਰੁਤਬੇ 19 ਸੀਗੀ। ਉਮਰ ਦੇ ਹਿਸਾਬ ਨਾਲ ਦੁਨੀਆਂ ਪ੍ਰੋਫੈਸ਼ਨ ਨੇ ਕੁਛ ਦੇਤਾ, ਕਮੀਆਂ ਸਾਰਿਆਂ 'ਚ ਹੀ ਨੇ, ਜੋ ਮੈਂ 23 ਸਾਲਾਂ ਦਾ ਸੀ ਅੱਜ ਨਹੀਂ ਹੈਗਾ ਮੈਂ। ਸੋ ਉਦੋਂ ਉਸ ਹਿਸਾਬ ਕਿਤਾਬ ਨਾਲ ਰਿਐਕਟ ਕਰਨਾ, ਯਾਨੀ ਕਿ ਲੱਗਦਾ ਯਾਰ ਬੋਲਦਾ ਕਿਵੇਂ ਇਹ ਜੰਟ ਉੱਤੇ ਕੇਸ ਜਿਹੜਾ ਸੰਜੇ ਦੱਤ। ਹਾਂ ਮੈਂ ਤੁਹਾਨੂੰ ਦੱਸਦਾ ਉਹਦਾ ਕੀ ਸੀਗਾ। ਮੈਨੂੰ ਮੇਰੇ ਕਾਲੇ ਸ਼ੀਸ਼ੇ ਸੀ ਗੱਡੀ ਦੇ, ਹੁਣ ਲੋਕ ਕਹਿੰਦੇ ਕਾਲੇ ਸ਼ੀਸ਼ੇ ਕਿਉਂ ਕਰਤੇ? ਸਾਫ ਸ਼ੀਸ਼ੇ ਲੈ ਕੇ ਤੁਸੀਂ ਇੱਕ ਆਮ ਸ਼ਹਿਰ ਦੇ ਵਿੱਚ ਰਹਿ ਰਹੇ ਹੋ, ਉਹ ਟੈਂਟ ਜਿਹਾ ਲਾ ਲਿਆ ਕਰੋ ਵਿੱਚ, ਟੈਂਟ ਜਿਹਾ ਲਾਉਂਦੇ ਉਹਦਾ ਵੀ ਚਲਾਉਣਾ ਜੀ, ਤੇ ਜਦੋਂ ਸੜਕ ਤੇ ਜਾ ਰਹੇ ਹੋ ਜੇ ਕਾਲੀ ਨਹੀਂ ਕਰਵਾਉਂਦੇ ਤਾਂ ਲੋਕ ਮੋਟਰਸਾਈਕਲ ਲੈ ਕੇ ਨਹੀਂ ਪਤਾ ਵਿੱਚ ਹੀ ਮਾਰਦੇ ਚਾਹ ਚਾਹ ਦੇ ਵਿੱਚ, ਵੀ ਇਹ ਹੁੰਦੀ ਵੀ ਇੱਕ ਪ੍ਰਾਈਵੇਸੀ ਹੋ ਰਿਹਾ। ਬੰਬੇ ਦੇ ਵਿੱਚ ਵੀ ਤਾਂ ਲੋ ਹੈਗਾ, ਆਰਟਿਸਟ ਸਾਰੇ ਕਾਲੇ ਸ਼ੀਸ਼ੇ ਰੱਖਦੇ ਨੇ। ਮੈਨੂੰ ਉੱਥੇ ਰੋਕ ਲਿਆ ਗਿਆ ਜਦਕਿ ਮੇਰੇ ਕੋਲ ਇੱਕ ਸਟੇ ਆਰਡਰ ਜਿਹਾ ਸੀਗਾ, ਇੱਕ ਵੀ ਮੇਰੀ ਇਨਕੁਆਇਰੀ ਲੱਗੀ ਹੋਈ ਹੈ। ਉਹਨਾਂ ਨੇ ਰੋਕ ਲਿਆ, ਰੋਕ ਕੇ ਮੈਥੋਂ ਪੁੱਛਣ ਲੱਗ ਗਏ ਵੀ ਇੱਦਾਂ ਜੀ ਉੱਦਾਂ ਗੱਲਬਾਤ ਹੈ ਫਲਾਨਾ ਤਿਗੜਾ। ਉੱਥੇ ਵਕੀਲ ਦਾ ਫੋਨ ਆ ਗਿਆ, ਵਕੀਲ ਕਹਿੰਦਾ ਕਹਿੰਦਾ ਜੀ ਇਹਦੇ ਕੋਲ AK-47 ਮਿਲੂਗੀ, ਇਹ ਤਾਂ ਜੀ ਆਮ ਜੈਕਟ ਹੈ, ਇਹਨਾਂ ਦਾ ਸੰਜੇ ਦੱਤ ਦੇ ਫਲਾਨਾ ਕੀਤਾ। ਮੈਂ ਠੀਕ ਹੈ ਯਾਰ, ਜੇ ਕੀਤਾ ਤਾਂ ਫਿਰ ਕੀਤਾ ਸਹੀ, ਹੈ ਨਾ। ਮੈਨੂੰ ਬੜਾ, ਮੈਨੂੰ ਕਹਿੰਦੇ ਵੀ ਤੂੰ ਸੰਜੇ ਦੱਤ ਕਿਹਾ ਉਹਦੇ ਆਪ ਨੂੰ? ਮੈਂ ਕਿਹਾ ਜੀ ਤੂੰ ਸੰਜੇ ਦੱਤ 'ਤੇ ਗਾਣਾ ਬਣਾਇਆ? ਮੈਂ ਕਿਹਾ ਯਾਰ ਸੰਜੇ ਦੱਤ 'ਤੇ ਫਿਲਮ ਬਣ ਗਈ, ਉਹਦੇ ਬਾਰੇ ਕਿਸੇ ਨੇ ਕਿਉਂ ਨਹੀਂ ਪੁੱਛਿਆ? ਮੈਂ ਤਾਂ ਗਾਣਾ ਬਣਾਤਾ, ਮੈਂ ਧੱਕੇ ਹੋਏ ਨੇ ਬਣਾਇਆ ਯਾਰ। ਮੈਂ ਮੇਰੇ ਘਰੇ ਜੇ AK-47 ਪਈ ਸੀ, ਭਾਲੀ ਕਿਉਂ ਨਹੀਂ ਕਿਸੇ ਨੇ? ਫਿਰ ਬੰਦਾ ਉਹੀ ਉਹਦੇ 'ਚ ਇਹੀ ਹੈ ਵੀ ਆਮ ਜੈਕਟ ਕਿਤੇ ਲਾਇਆ ਇਹਨਾਂ ਨੇ, ਆਮ ਜੈਕਟ ਬਣਦਾ ਹੀ ਨਹੀਂ ਸੀ ਤੇ ਆਮ ਜੈਕਟ ਲਾ ਤਾ। ਫਿਰ ਠੀਕ ਹੈ ਜੀ, ਆਮ ਜੈਕਟ ਲੱਗਿਆ ਕਿਹਦੇ 'ਤੇ? ਤਾਂ ਗਾਣਾ ਬਣਾ। ਫਿਰ ਟੋਏ ਗਨ ਵਾਲਾ ਕੀ ਰੋਲਾ? ਟੋਏ ਗਨ ਕੋਈ ਟੋਏ ਗਨ ਨਹੀਂ ਜੀ, ਮੈਂ ਤੁਹਾਨੂੰ ਉਹੀ ਕਹਿਣਾ ਵੀ ਕੇਸ ਆਉਣ ਦਿਓ, ਬਹੁਤ ਕੁਛ ਨਿਕਲੂਗਾ। ਵੀਡੀਓਜ਼ ਵੀ ਆਈਆਂ ਸੀ ਸਾਰੀ, ਵੀਡੀਓ ਆਈਆਂ ਨੇ, ਪਰ ਉਹ ਵੀਡੀਓ ਫਰੈਂਸਿਕ ਲਈ ਇਹ ਗੱਲ ਕਹੀ ਕਿ ਵੀਡੀਓ ਦਾ ਟੋਏ ਗਨ ਸੀ, ਫਰੈਂਸਿਕ ਲੈਬ ਦੀ ਵੀਡੀਓ ਜਿਹੜੀ ਉਹ ਆਈਆਂ ਨੇ ਉਹਦੇ 'ਚ, ਮਤਲਬ ਦਰਦ ਨਹੀਂ ਸਿਰਵਾਂਦਾ ਬਾਲ ਵੇ ਵੀਡੀਓ ਆਈਆਂ ਨੇ। ਨਵੇਂ ਗਾਣੇ ਫਿਰ ਕਿੰਨੇ ਆ ਰਹੇ ਆ? ਨਵੇਂ ਗਾਣੇ ਜੀ ਮੈਂ ਕਰੂੰਗਾ, ਮੈਂ ਕੰਮ ਕਰਦਾ ਨਹੀਂ ਛੱਡੂੰਗਾ, ਮੈਂ ਕੰਮ ਕਰੂੰਗਾ। ਜੇਕਰ MLA ਬਣ ਗਏ ਤਾਂ ਵੀ ਕੰਮ ਕਰਦੇ ਰਹੋਗੇ? ਆਬਵੀਅਸ ਗੱਲ ਹੈ ਜੀ। ਫਿਰ ਦੋਵੇਂ ਚੀਜ਼ਾਂ ਕਿਵੇਂ ਬਰਾਬਰ? ਜੇ ਮੈਂ ਕੰਮ ਨਹੀਂ ਕਰੂੰਗਾ ਤਾਂ ਫਿਰ ਮੈਨੂੰ ਇਧਰ ਇਹਨੂੰ ਕੰਮ ਬਣਾਉਣਾ ਪੈਣਾ, ਕੁੰਡੀ ਲਾਉਣੀ ਪਊ, ਕੁੰਡੀ ਲਾਉਣੀ ਪਊਗੀ। ਜੇ ਮੈਂ ਇਮਾਨਦਾਰੀ ਨਾਲ ਚਾਹੁੰਦਾ ਤਾਂ ਮੇਰੇ ਕੋਲ ਇੱਕ ਚੰਗਾ ਪੇਸ਼ਾ ਹੈਗਾ, ਮੈਂ ਉਹਨੂੰ ਕੈਰੀ ਕਰੂੰਗਾ। ਨਵਜੋਤ ਸਿੱਧੂ ਨੇ ਵੀ ਕਰਿਆ, ਕਈ ਬੰਦਿਆਂ ਨੇ ਕਰਿਆ, ਸਾਊਥ ਦੇ ਵਿੱਚ ਜਿਹੜੇ ਬੰਦੇ ਮੁੱਖ ਮੰਤਰੀ ਵੀ ਬਣੇ, ਕੋਈ ਨੌਰਥ ਦੇ ਵਿੱਚ ਕੋਈ ਸਾਊਥ ਦੇ ਵਿੱਚ, ਸੋ ਮੈਂ ਕੋਸ਼ਿਸ਼ ਕਰੂੰਗਾ ਵੀ ਉਹਨਾਂ ਦੇ ਮੈਂ ਯਾਨੀ ਕਿ ਪੈਰ 'ਚ ਚੱਲਾ। ਫਿਰ ਇਹ ਨਹੀਂ ਲੱਗਦਾ ਵੀ ਸ਼ੋਅ ਥੋੜੇ ਹੋ ਸਕਦਾ ਘੱਟ ਜਾਣ, ਕਿਉਂਕਿ ਜਿਹੜੇ ਪਹਿਲਾਂ ਬੰਦੇ ਜਿਹੜੇ ਕਾਂਗਰਸ ਹਮਾਇਤੀ ਨਹੀਂ ਹੋਣਗੇ ਉਹ ਵੀ ਸ਼ੋਅ ਤੇ ਬੁਲਾਉਂਦੇ ਹੋਣਗੇ, ਪਰ ਹੁਣ ਉਹ ਸ਼ਾਇਦ ਥੋੜੇ ਪਿੱਛੇ ਹੋ ਜਾਣ। ਪਤਾ ਕੀ ਗੱਲ ਹੈ ਜੀ, ਮੇਰੇ ਸ਼ੋਅਾਂ ਤੇ ਮੇਰੀ ਸ਼ਕਲ ਦੇਖਣ ਨਹੀਂ ਆਉਂਦੇ, ਲੋਕ ਮੇਰੀ ਕਲਾ ਕਰਕੇ ਆਉਂਦੇ, ਮੇਰੀ ਕਲਾ ਜੋ ਮੇਰੀ ਤਾਂ ਮੇਰੀ ਕਲਾ ਕਰਕੇ ਆਉਣ, ਇਹ 'ਚ ਕੋਈ ਦੋ ਰਾਏ ਨਹੀਂ। ਲੋਕ ਮੈਨੂੰ ਕੁੱਟਦੇ ਸੀ ਜਦੋਂ ਮੈਂ ਕਾਂਗਰਸ ਦਾ ਜਿਹੜਾ ਕਹਿੰਦੇ ਕਾਂਗਰਸੀ ਗਾਇਕ ਆ ਗਿਆ। ਹਾਂ ਕਹਿਣਗੇ, ਉਹ ਤਾਂ ਲੱਗਣਗੇ ਜੀ। ਦੇਖੋ ਜੇ ਧੜਾ ਜੁਆਇਨ ਕਰੋਗੇ ਤਾਂ ਤੁਸੀਂ ਇਹ ਕਹੋਗੇ ਵੀ ਧੜੇ ਦੀ ਮੇਰੇ ਕੋਲ ਕੋਈ ਗੱਲ ਨਾ ਆਵੇ, ਇਹ ਤਾਂ ਹੋਊ। ਕਹਿਣਗੇ ਫਿਰ ਭਾਈ ਹਾਂ ਕਾਂਗਰਸੀ ਹੈਗੇ ਤਾਂ ਕਾਂਗਰਸੀ ਹੀ ਕਹਿਣਗੇ। ਸੋ ਪਰ ਇਹ ਗੱਲ ਹੈ ਵੀ ਇਹ ਨਹੀਂ ਹੈਗਾ ਵੀ ਅੰਨੇ ਭਗਤ ਅਸੀਂ ਕਿਸੇ ਦੇ ਨਹੀਂ। ਜਿੱਥੇ ਕੋਈ ਕਾਂਗਰਸ ਦੀ ਗਲਤੀ ਹੋਊਗੀ ਤਾਂ ਅਸੀਂ ਕਾਂਗਰਸ ਨੂੰ ਵੀ ਅਸੀਂ ਉਂਗਲ, ਸਾਡੀ ਸਰਕਾਰ ਦੀ ਗਲਤੀ ਅਸੀਂ ਕਹਾਂਗੇ ਭਾਈ ਇਹ ਗਲਤ, ਅਸੀਂ ਇਸ ਚੀਜ਼ 'ਚ ਨਹੀਂ। ਹਾਂ ਮੇਰੇ ਪੱਖ ਹੋ ਕੇ ਚੱਲ ਚੰਗੀ ਚੰਗੀ ਗੱਲ ਹੈ, ਪੱਖ ਤਾਂ ਰਹਿਣਾ ਚਾਹੀਦਾ ਜੀ ਸਰ, ਹਰ ਕਿਸੇ ਨੂੰ ਰਹਿਣਾ ਚਾਹੀਦਾ ਜੀ ਸਰ। ਹੁਣ ਦਿਨ ਰਾਤ ਲੋਕਾਂ ਦੇ ਵਿੱਚ ਵਿਚਰਦੇ ਆ ਜੀ ਸਰ, ਕੀ ਲੋਕ ਕੀ ਕਹਿੰਦੇ ਕੀ ਆ ਭਾਈ, ਲੋਕਾਂ ਦੇ ਬਲਬਲੇ ਕੀ ਆ, ਥੋੜਾ ਜਿਹਾ ਪਤਾ ਲੱਗ ਜਾਂਦਾ ਨਾ ਜਦੋਂ ਆਪਾਂ ਕੂਕਰ 'ਚ ਚੌਲ ਪਾਏ ਹੁੰਦੇ ਆ, ਇੱਕ ਦੋ ਦਾਣੇ ਕੱਢ ਕੇ ਪਤਾ ਲੱਗ ਜਾਂਦਾ ਵੀ ਪਾਈਪ ਤਾਂ ਪੱਕੇ ਨੇ ਕੱਚੇ। ਲੋਕ ਨਾ ਜੀ ਪਤਾ ਕੀ ਗੱਲ ਹੈ, ਪਿਆਰ ਕਰਦੇ ਨੇ, ਪਰ ਕਈ ਲੋਕ ਨਾ ਸਾਡੇ ਥੋੜੇ ਜਿਹੇ ਵੀ ਯਾਨੀ ਕਿ ਮੈਨੂੰ ਇਹ ਲੱਗਦਾ ਵੀ ਕਿਤੇ ਨਾ ਕਿਤੇ ਵਿਚਾਰਿਆਂ ਨੇ ਉਹ ਇੰਨੇ ਅੱਕ ਗਏ ਲੋਕਾਂ ਤੋਂ, ਇੰਨਾ ਕੁਛ ਦੁਰਵਿਵਹਾਰ ਹੋਇਆ ਸਾਡੇ ਰਾਜਨੀਤੀ ਗਾਹ ਵਰਗ
ਸੋ ਲੋਕ ਅੱਕ ਗਏ ਵੀ ਯਾਰ ਕੋਈ ਕੰਮ ਤਾਂ ਕਰਦਾ ਨਹੀਂ, ਕੰਮ ਤਾਂ ਹੋਵੇ ਜੇ ਬੰਦਾ ਜਿੱਤੇ, ਜਦੋਂ ਅਕਾਲੀਆਂ ਦੀ ਸਰਕਾਰ 'ਚ ਕੋਈ ਹੋਰ ਜਿੱਤਦਾ, ਕਾਂਗਰਸ ਦੀਆਂ 'ਚ ਕੋਈ ਹੋਰ ਜਿੱਤਦਾ, ਫਿਰ ਸਾਡੀ ਥੋੜ੍ਹੀ ਜਿਹੀ ਕਿਸਮਤ ਵੀ ਸਾਡੀ ਥੋੜ੍ਹੀ ਜਿਹੀ ਸਾਥ ਦੇਣ ਦੀ, ਸ਼ਾਇਦ ਐਤਕੀ ਦੇਵੇ ਅਤੇ ਐਤਕੀ ਕੁਛ ਨਾ ਕੁਛ ਕਰਾਂਗੇ ਭਾਈ। ਚਲੋ ਵਧੀਆ ਗੱਲ, ਪਰ ਲੋਕ ਕਾਂਗਰਸ ਦੇ ਉੱਤੇ ਕਈ ਸਵਾਲ ਕਰਦੇ ਆ ਜੀ, ਅਸੀਂ ਚਾਹੁੰਦੇ ਹਾਂ ਕਿ ਪਾਰਟੀ ਦੀ ਸਰਕਾਰ ਬਣੇ ਜੀ, ਜਿਹੜਾ ਵੀ ਵਿਧਾਇਕ ਬਣੇ ਜੀ ਉਹ ਲੋਕਾਂ ਦੇ ਮਸਲੇ ਹੱਲ ਕਰਨ ਵੱਲ ਧਿਆਨ ਦੇਵੇ ਜੀ, ਇਹ ਸਮਾਂਬੱਧ ਹੋਵੇ ਧਿਆਨ ਜੀ, ਇਹ ਨਹੀਂ ਕਿ 4.5 ਸਾਲਾਂ ਬਾਅਦ ਕੁੰਭਕਰਨ ਨੂੰ ਉੱਠਣਾ ਤੇ ਬਾਅਦ ਵਿੱਚ ਕਹਿਣਾ ਅੱਛਾ ਮਸਲੇ ਬੜੇ ਬਈ, ਮਸਲੇ ਬਹੁਤ ਨੇ, ਇਹ ਹੋਇਆ ਇਹ ਹੋਇਆ ਕੋਈ ਇਹ ਕੋਈ ਕੋਈ ਤੁਹਾਡੀ ਸਾਰੀ ਗੱਲ ਸਾਰਿਆਂ 'ਚ ਉਹੀ ਗੱਲ ਹੈ ਨਾ ਜੀ। ਹੁਣ ਸਰਕਾਰ ਤਾਂ ਇੱਕੋ ਹੀ ਸੀ, ਸਰਕਾਰ 'ਚ ਹੁਣ ਰਾਜਾ ਵੀ ਸੀ, ਇੱਕ ਰਾਜਾ ਉਹ ਵੀ ਸੀ ਜਿਹਨੇ 4.5 ਸਾਲ ਵਿਚਾਰਾ ਮੇਰਾ ਅੰਕਲ ਲੱਗਦਾ ਹੁਣ ਮੈਂ ਤਾਇਆ ਕਹਿ ਲਈ ਅਸੀਂ ਉਹਨੂੰ, ਜਿਵੇਂ ਸਾਰੇ ਅਸੀਂ ਤਾਇਆ ਹੀ ਕਹਿੰਦੇ ਹਾਂ ਵੀ ਉਹਨੇ 4.5 ਸਾਲ ਵਿਚਾਰੇ ਨੇ ਕੁਛ ਕਰਿਆ ਨਹੀਂ, ਤੇ ਇੱਕ ਰਾਜਾ ਉਹ ਵੀ ਹੈ ਜਿਹਨੇ 2 ਮਹੀਨੇ ਦੇ ਵਿੱਚ ਜਿਹੜੀ ਪਿਛਲੇ 30 ਸਾਲ ਤੋਂ ਮਗਰ ਰੋਡਵੇਜ ਉਹਦੇ 'ਚ ਜਾਂਦੇ ਆ ਹੈਨਾ, ਉਹ 2 ਕਰੋੜ ਨਫੇ ਚੱਲਿਆ ਸੀ ਹੈਨਾ। ਸੋ ਬੰਦੇ ਬੰਦੇ ਦਾ ਫਰਕ ਹੁੰਦਾ, ਮੈਨੂੰ ਇਹ ਲੱਗਦਾ ਹਾਂ ਗੱਲ ਇਹ ਵੀ ਹੈ ਵੀ ਧੜੇ ਜ਼ਰੂਰੀ ਨੇ ਪਰ ਧੜਿਆਂ ਪਿੱਛੇ ਲੜਨਾ ਨਹੀਂ, ਅਸੀਂ ਬੰਦਿਆਂ ਪਿੱਛੇ ਜਾਣਾ, ਝੰਡਿਆਂ ਪਿੱਛੇ ਨਹੀਂ ਜਾਣਾ ਜੀ, ਮੇਰੀ ਤਾਂ ਇਹੀ ਸੋਚ ਹੈ। ਬਹੁਤ ਚੰਗੀ ਗੱਲ, ਮਤਲਬ ਤੁਸੀਂ 5 ਸਾਲ ਜਾਗਦੇ ਰਹੋਗੇ, ਕੋਈ 4.5 ਸਾਲ। ਦੇਖੋ ਜੀ ਮੈਂ ਉਹੀ ਗੱਲ, ਦੇਖੋ ਮੈਂ ਹੁਣ ਕੋਈ ਚਾਈਨਾ ਦਾ ਸਮਾਨ ਤਾਂ ਹੈ ਨਹੀਂ ਵੀ ਜਿਹਦੀ ਮੈਂ ਗਰੰਟੀ ਦੇਵਾਂ, ਇਨਸਾਨ ਆ, ਹੋ ਸਕਦਾ ਮੇਰੇ ਤੋਂ ਕੱਲ ਨੂੰ ਗਲਤੀਆਂ ਹੋਣ, ਹੋ ਸਕਦਾ ਵੀ ਮੇਰੇ ਤੋਂ ਕੁਛ ਕਮੀਆਂ ਰਹਿ ਜਾਣ, ਪਰ ਮੇਰੇ ਬੰਨੀ ਯਾਨੀ ਕਿ ਮੈਂ ਇਸ ਚੀਜ਼ ਦਾ ਮੈਂ ਤੁਹਾਨੂੰ ਯਾਨੀ ਕਿ ਵਾਅਦਾ ਕਰਦਾ, ਜਿਹੜੇ ਲੋਕ ਦੇਖ ਰਹੇ ਨੇ ਵੀ ਮੈਂ ਕੋਸ਼ਿਸ਼ ਆਪਣੀ ਜੀ ਜਾਨ ਤੋਂ ਲਾਊਂਗਾ ਕਿ ਮੈਂ ਡਟਿਆ ਰਹਾਂ, ਜੋ ਮੈਂ ਇੱਥੇ ਕਰਨਾ ਆ ਤਾਂ ਮੈਂ ਕਰ ਲਾਂ ਜੀ। ਬਹੁਤ ਮਿਹਰਬਾਨੀ ਜੀ, ਸ਼ੁਕਰੀਆ, ਤੁਸੀਂ ਬੜਾ ਰੁਝੇ ਵਿਹਲੇ ਵਿੱਚ ਤੁਹਾਡਾ, ਪਰ ਤੁਸੀਂ ਫਿਰ ਵੀ ਵਕਤ ਕੱਢਿਆ। ਚੱਜ ਦਾ ਵਿਚਾਰ ਸਾਕੇ ਕਿਵੇਂ ਦਾ ਲੱਗਿਆ? ਚੱਜ ਦਾ ਵਿਚਾਰ ਵਧੀਆ ਲੱਗੇ, ਗਾਣੇ 'ਚ ਵੀ ਵਧੀਆ ਸੀਗਾ ਤੇ ਹੋਰ ਵੀ ਵਧੀਆ ਹੈ ਜੀ। ਹਨੇਰੀ ਗੱਲ ਕਰ ਦੋ ਹੁਣ, ਛੱਡੋ ਗੱਲ ਨੂੰ ਜੀ, ਇਹ ਤਾਂ ਬੜਾ ਵਧੀਆ ਭਵਿੱਖ ਹੋਵੇ, ਤੁਸੀਂ ਰਾਜਨੀਤੀ ਦੇ ਵਿੱਚ ਕੁਝ ਕਰਕੇ ਦਿਖਾਓ, ਇਹਦੀ ਅਸੀਂ ਕਾਮਨਾ ਕਰਦੇ ਜੀ। ਸ਼ੁਕਰੀਆ ਸਰ, ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਸੋ ਫਿਲਹਾਲ ਪ੍ਰੋਗਰਾਮ ਨੂੰ ਸਮੇਟਦੇ ਹਾਂ, ਦੁਬਾਰਾ ਜਦੋਂ ਮੌਕਾ ਮਿਲਿਆ ਫਿਰ ਵਿਚਾਰਾਂਗੇ। ਆਫਕੋਰਸ ਅਸੀਂ ਮਿਲਾਂਗੇ, ਦੁਬਾਰਾ ਮਿਲਾਂਗੇ ਜੀ। ਸੋ ਫਿਲਹਾਲ ਪ੍ਰੋਗਰਾਮ ਇੱਥੇ ਸਮੇਟਦੇ ਹਾਂ, ਜਾਣਦਾ ਹੋ ਗਿਆ ਵੇਲਾ ਪਰ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤੇ ਪਹੁੰਚਾਇਓ, ਤੇ ਨਾਂ ਦੇ ਇਜਾਜ਼ਤ। ਸਤਿ ਸ਼੍ਰੀ ਅਕਾਲ, ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਹੋਸ਼ ਨਸੀ ਹੈ, ਜਿਵੇਂ ਪਹਿਲਾਂ ਸਟਾਰਟਿੰਗ ਤੋਂ ਇੰਟਰੋ ਦਿੱਤਾ ਨਾ ਕਿ ਮੈਂ ਜੀ ਅੱਜ ਸਿੱਧੂ ਮੂਸੇਵਾਲੇ ਦੇ ਗੱਲਾਂ ਪੁੱਛਾਂਗਾ ਤੇ ਰੂਬਰੂ ਤੇ ਦੋ ਕੇ ਜਵਾਬ ਫਿਰ ਪੈ ਜਾਂਦਾ ਜਿਵੇਂ ਕੀੜਾ ਨਹੀਂ ਹੁੰਦਾ ਨਾ ਨਾ ਸਕ੍ਰਿਪਟਡ ਚੀਜ਼ ਜਦੋਂ ਬੰਦੇ ਕੋਲ ਹੋਵੇ ਨਾ ਤੇ ਜਿੰਨੀ ਬਸ ਬੋਲ ਸਕਦਾ ਉਨੀ ਤੱਕ ਹੁੰਦਾ। ਖੈਰ ਯਾਰ ਇਹ ਸੀ ਵੀਡੀਓ ਮੂਸੇਵਾਲਾ ਨਹੀਂ ਲਿਖਿਆ ਬਾਈ ਨਾ ਵਾਲੇ ਫਨ ਵਾਲਾ, ਆਪਾਂ ਮਿਲਦੇ ਹਾਂ ਫਿਰ ਕਿਸੇ ਹੋਰ ਵੀਡੀਓ ਦੇ ਵਿੱਚ, ਤਦ ਤੱਕ ਲਈ ਸਾਡੇ ਲੋ ਲਵ ਯੂ।